ओ चूड़े वाली बाज की मोटे से मेरे हाथ, ओ चूड़े वाली बाज की मोटे से मेरे हाथ, नवी दर लगी से टिकाऊंगा। ओ लोकी के दे मर के नी नाल कुछ जादा मिनू लगदा प्यार मेरा जाऊगा। टीचर सी मेरे रीटा मैम, उन्होंने कहा कि अपने मम्मी पापा नूं बुला के लई। फिर मैं अपने मम्मी पापा नूं बुला के लैके गई तो उन्होंने मेरे मम्मी पापा ने कहा कि तुहाडी गुड़ी बहुत सोहना गाउंदी है तो तुसीं इहनूं सिंगिंग वाली लाइन च पाओ। छे कु साल दी सी, थोड़ा बहुत गाँदी सी, नाल नचदी हुंदी सी गाँदी, पर मैं कदी ध्यान नहीं दिता। मतलब दबके दुबके मार के चुप कराना कि तू कि सिर खादा है। ਰਿਆਜ਼ ਕਰਕੇ ਉੱਚੇ ਮਤਲਬ ਕਿ ਹਾਈ ਲੈਵਲ 'ਤੇ ਗਾਵਾਂ, ਵੱਡੀ ਸਿੰਗਰ ਬਣਾ, ਬਹੁਤ ਸ਼ੌਕ। ਪਿਛਲੇ ਦਿਨ ਹੀ ਇੱਕ ਛੋਟੀ ਜਿਹੀ ਬੱਚੀ ਦੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਗਾਣਾ ਗਾਉਂਦਿਆਂ ਦੀ, ਉਹ ਵੀਡੀਓ ਇੰਨੀ ਕੁ ਵਾਇਰਲ ਹੋ ਚੁੱਕੀ ਹੈ ਵੀ ਹਰ ਯੂਟਿਊਬ 'ਤੇ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ ਅਤੇ ਲੋਕਾਂ ਦੀ ਜ਼ਬਾਨ 'ਤੇ। ਹਜੇ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਚੁੱਕਿਆ ਵੀ ਉਹ ਜਿਹੜੀ ਬੱਚੀ ਆ ਕੀ ਨਾਮ ਆ ਅਤੇ ਕਿੱਥੋਂ ਦੀ ਹੈ। ਅੱਜ ਅਸੀਂ ਉਸ ਪਰਿਵਾਰ ਦੇ ਨਾਲ, ਉਸ ਬੱਚੀ ਨਾਲ, ਉਸ ਘਰ ਬੈਠੇ ਹਾਂ। ਆਓ ਤੁਹਾਨੂੰ ਮਿਲਾਉਂਦੇ ਹਾਂ ਵੀ ਉਹ ਬੱਚੀ ਕਿੱਥੋਂ ਦੀ ਆ। ਹਾਂਜੀ ਬੇਟਾ, ਕੀ ਨਾਮ ਤੇਰਾ? ਮੇਰਾ ਨਾਮ ਨਾਜ਼ਦੀਪ। ਨਾਜ਼ਦੀਪ, ਉਹ ਜਿਹੜੀ ਵੀਡੀਓ ਵਾਇਰਲ ਹੋਈ ਆ ਗਾਣੇ ਗਾਉਂਦਿਆਂ ਦੀ, ਉਹ ਕਿੱਥੋਂ ਦੀ ਵੀਡੀਓ ਆ ਅਤੇ ਕਿਸ ਮੇਲੇ ਦੀ ਆ ਅਤੇ ਕਿਹੜਾ ਗੀਤ ਗਾਇਆ ਸੀ? ਉਹ ਬਾਬੇ ਸ਼ਾਹ ਜੀ ਦੀ ਦਰਗਾਹ ਆ, ਉੱਥੇ ਗਾਇਆ ਸੀ ਸਿੰਘੇ ਭਾਈ ਦਾ ਗਾਣਾ, ਜਿੰਨੀ ਸਾਹਾਂ ਦੀ ਲਿਮਿਟ ਮਿਲ ਲੈਂਦੀ ਹੈ। ਅਤੇ ਉਹ ਬੇਟਾ, ਉਹ ਜਿਹੜੀਆਂ ਕੁਛ ਲੈਣਾ ਸਾਨੂੰ ਗਾ ਕੇ ਸੁਣਾਓ, ਜਿਸ ਗਾਣੇ ਨੇ ਤੁਹਾਨੂੰ ਇੰਨਾ ਕੁ ਫੇਮਸ ਕਰਤਾ, ਇੰਨਾ ਕੁ ਮਸ਼ਹੂਰ ਕਰਤਾ ਵੀ ਹਰ ਇੱਕ ਦੀ ਜ਼ਬਾਨ 'ਤੇ ਉਹ ਗਾਣਾ ਵਾ, ਉਹ ਦੋ ਲੈਣਾ ਸਾਨੂੰ ਗਾਣੇ ਦੀ ਗਾ ਸਾ। ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਹੈ, ਹਰ ਸਾਹ ਨਾਲ ਚੇਤਾ ਤੇਰਾ ਆਊਗਾ। ਹੋ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ, ਲੱਗਦਾ ਪਿਆਰ ਮੇਰਾ ਜਾਊਗਾ। ਹੋ ਲੋਬੀ ਵਿੱਚ ਬੈਠ ਕੇ ਸੁਪਨੇ ਸਜਾਲੇ ਮੈਂ, ਫੋਟੋਆਂ ਇਰਨੀਆਂ ਫਰੇਮ ਵੀ ਬਣਾ ਲੇ ਮੈਂ। ਹੋ ਚੂੜੇ ਵਾਲੀ ਬਾਰ ਕੇ ਮੋਢੇ ਉੱਤੇ ਮੇਰੇ ਹਾਂ, ਚੂੜੇ ਵਾਲੀ ਬਾਰ ਕੇ ਮੋਢੇ ਉੱਤੇ ਮੇਰੇ ਹੱਥ, ਮੈਂ ਵੀ ਤੇਰੇ ਲੱਕ 'ਤੇ ਟਿਕਾਊਂਗਾ। ਹੋ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ, ਲੱਗਦਾ ਪਿਆਰ ਮੇਰਾ ਜਾਊਗਾ। ਨਾਜ਼ਦੀਪ, ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਲੋਕ ਇਸ ਵੀਡੀਓ ਨੂੰ ਵੇਖ ਕੇ, ਤੇਰੇ ਆਸ ਪਾਸ ਦੇ ਲੋਕ, ਤੇਰੇ ਤੁਹਾਡੇ ਗੁਆਂਢੀ ਜਿਹੜੇ ਤੁਹਾਨੂੰ ਪੁੱਛਦੇ ਆ, ਤੇਰੇ ਪਰਿਵਾਰ ਨੂੰ ਵੀ ਉਹ ਨਾਜ਼ਦੀਪ ਹੈ ਜਿਹੜੀ ਅੱਜ ਇੰਨੀ ਫੇਮਸ ਹੋ ਚੁੱਕੀ ਹੈ? ਜਦੋਂ ਸਕੂਲ ਜਾਂਦੀ ਆ, ਕਿਹੜੇ ਸਕੂਲ 'ਚ ਪੜ੍ਹਦੇ ਨਾ ਤੁਸੀਂ? ਗੁਰੂ ਨਾਨਕ ਸਕੂਲ। ਕਿਸ ਜਮਾਤ 'ਚ? 7th। ਇਹ ਸਕੂਲ 'ਚ ਬਚਪਨ 'ਚ ਸੌਂਗ ਸੀ ਗਾਉਣ ਦਾ ਤੁਹਾਨੂੰ? ਹਾਂਜੀ। ਅਤੇ ਕਿਹੜੀ ਕਲਾਸ 'ਚ ਕੋਈ ਗਾਇਆ ਸੀ? ਕਦੀ ਸ਼ਨੀਵਾਰ ਬਾਲ ਸਭਾ ਲੱਗਦੀ ਹੁੰਦੀ ਸੀ ਸਕੂਲ, ਮੈਂ ਉਦੋਂ ਗਾਉਂਦੀ ਨਹੀਂ ਸੀ। ਅਤੇ ਇੱਕ ਟੀਚਰ ਸੀ ਮੇਰੇ ਰੀਟਾ ਮੈਮ, ਉਹਨਾਂ ਨੇ ਕਿਹਾ ਕਿ ਆਪਣੇ ਮੰਮੀ ਪਾਪਾ ਨੂੰ ਬੁਲਾ ਕੇ ਲਿਆਈ। ਫਿਰ ਮੈਂ ਆਪਣੇ ਮੰਮੀ ਪਾਪਾ ਨੂੰ ਬੁਲਾ ਕੇ ਲੈ ਕੇ ਗਈ
ਅਤੇ ਉਹਨਾਂ ਨੇ ਮੇਰੇ ਮੰਮੀ ਪਾਪਾ ਨੇ ਕਿਹਾ ਕਿ ਤੁਹਾਡੀ ਗੁੜੀਆ ਬਹੁਤ ਸੋਹਣਾ ਗਾਉਂਦੀ ਹੈ ਅਤੇ ਤੁਸੀਂ ਇਹਨੂੰ ਸਿੰਗਿੰਗ ਵਾਲੀ ਲਾਈਨ 'ਚ ਪਾਓ। ਫਿਰ ਮੈਂ ਮਨੀ ਉਸਤਾਦ ਜੀ ਕੋ ਪਹਿਲਾਂ 6 ਮਹੀਨੇ ਲਾਏ, ਉਹਨਾਂ ਦੇ ਕਿਸੇ ਕਾਰਨ ਅਕੈਡਮੀ ਬੰਦ ਹੋ ਗਈ, ਅਤੇ ਫਿਰ ਹੁਣ ਕਵਲ ਸੋਤਾ ਜੀ ਕੋ ਦੋ ਸਾਲ ਹੋ ਗਏ ਨੇ ਸਿੱਖਦਿਆਂ, ਅਤੇ ਉਹਨਾਂ ਦੀ ਵੀ ਇੱਕ ਮੇਰੇ ਜਿੱਡੀ ਬੇਟੀ ਹੈ ਅਤੇ ਬਹੁਤ ਪਿਆਰ ਕਰਦੇ ਨੇ ਮੈਨੂੰ, ਜਿਸ ਤਰ੍ਹਾਂ ਆਪਣੀ ਕੁੜੀ ਨੂੰ ਕਰਦੇ ਨੇ ਉਸ ਤਰ੍ਹਾਂ ਮੈਨੂੰ ਕਰਦੇ ਨੇ। ਨਾਚਦੀਪ, ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਜਾਂਦੇ ਆ ਲੋਕ ਪਹਿਨਦੇ ਵੀ ਉਹ ਨਾਚਦੀਪ ਹੈਗੀ ਆ ਜਿਹੜੀ ਇੰਨੀ ਫੇਮਸ ਹੋਈ ਆ, ਲੋਕ ਆਟੋਗ੍ਰਾਫ ਲੈਂਦੇ ਅਤੇ ਉਹਨਾਂ ਜਾਂ ਸੈਲਫੀਆਂ ਖਿਚਾਉਂਦੇ ਆ? ਹਾਂਜੀ, ਸੈਲਫੀਆਂ ਖਿਚਾਉਂਦੇ ਨੇ, ਬਹੁਤ ਪ੍ਰਾਊਡ ਫੀਲ ਹੁੰਦਾ ਕਿ ਮੈਂ ਥੋੜ੍ਹਾ ਬਹੁਤ ਸਿੱਖੀ ਹਾਂ ਅਤੇ ਮੇਰੇ ਨਾਲ ਲੋਕ ਇਸ ਤਰ੍ਹਾਂ ਫੋਟੋਆਂ ਖਿਚਾਉਂਦੇ ਨੇ। ਬਾਕੀ ਅਤੇ ਨਾਚਦੀਪ, ਹੋਰ ਦੋ ਜਿਹੜੇ ਗਾਣੇ ਆ ਉਹ ਕਿਹੜੇ ਆ ਜਿਹੜੀ ਫੇਮਸ ਹੋਏ ਆ ਤੁਹਾਡੇ, ਜਿਹੜੇ ਹੋਰ ਯੂਟਿਊਬ 'ਤੇ ਪਏ ਆ, ਉਹ ਦੱਸੋ ਦੋ ਲਾਣਾ ਗਾ ਕੇ ਹੁੰਦੇ? ਖਾਨ ਸਾਹਿਬ ਜੀ ਦਾ ਇੱਕ ਗਾਣਾ ਸੀ ਦਿਲ ਤੇਰੇ ਨਾਮ, ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ, ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ, ਗੱਲ ਮੇਰੀ ਕਿਉਂ ਨਹੀਂ ਮੰਨਦਾ ਮਾਹੀ ਵੇ, ਜ਼ਿੰਦਗੀ ਹੈ ਤੇਰੇ ਨਾਮ, ਤੂੰ ਮੇਰਾ ਏ ਪਿਆ ਆ ਜਾਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ। ਨਾਚਦੀਪ, ਤੁਸੀਂ ਮੈਨੂੰ ਪਤਾ ਲੱਗਾ ਵੀ ਖਾਨ ਸਾਹਿਬ ਦੇ ਸਟੂਡੀਓ 'ਚ ਤੁਹਾਡੀ ਕੋਈ ਗਾਣਾ ਵੀ ਰਿਕਾਰਡ ਹੋਇਆ ਵਾ, ਕਿਹੜਾ ਗਾਣਾ ਰਿਕਾਰਡ ਜਿਹੜਾ ਹੋਇਆ? ਉਹ ਵਿੱਕੀ ਭਾਈ ਦਾ ਗਾਣਾ ਸੁਣਦੇ, ਦੂਰ ਹੋਇਓ ਦੂਰ ਹੋਇਓ ਛੱਡ ਕੇ ਮੈਨੂੰ, ਦੂਰ ਹੋਇਓ ਤੇਰੇ ਬਿਨ ਮੇਰਾ ਜੀ ਲੱਗਦਾ ਨਹੀਂ, ਹਾੜਾ ਯਾਦ ਕਰਾਂ ਮੈਂ ਲਾਰੇ ਤੂੰ ਜੋ ਮੈਨੂੰ ਲਾਏ ਸਾਰੇ, ਹੁਣ ਤੇ ਇੱਕ ਪਲ ਵੀ ਲੱਗਦਾ ਨਹੀਂ। ਨਾਚਦੀਪ ਜੀ, ਮਾਤਾ ਜੀ ਸਾਡੇ ਨਾਲ ਨੇ, ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਹਾਂਜੀ, ਕੀ ਤੁਹਾਡਾ ਨਾਮ? ਬਬਲੀ। ਹਾਂਜੀ ਬਬਲੀ ਜੀ, ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਜਦੋਂ ਨਾਚਦੀਪ ਦੇ ਨਾਲ ਦੱਸਦੇ ਵੀ ਉਹ ਨਾਚਦੀਪ ਮੰਮਾ ਜਾ ਰਹੇ ਆ, ਅਤੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ? ਬਹੁਤ ਖੁਸ਼ੀ ਮਹਿਸੂਸ ਹੁੰਦੀ, ਬਹੁਤ ਮਾਣ ਮਹਿਸੂਸ ਹੁੰਦਾ ਆ ਕਿ ਇਹ ਸਾਡੀ ਬੇਟੀ ਆ, ਪਰਮਾਤਮਾ ਨੇ ਇੰਨਾ ਵਧੀਆ ਗੱਲਾਂ ਦਿੱਤਾ ਇਹਨੂੰ। ਜਦੋਂ ਲੋਕ ਕਮੈਂਟ ਕਰਦੇ ਆ ਦੱਸਦੇ ਆ ਕਿ ਬਹੁਤ ਫੇਮਸ ਹੋ ਗਈ ਆ, ਬਹੁਤ ਮਾਣ ਮਹਿਸੂਸ ਹੁੰਦਾ ਆਪਣੀ ਬੇਟੀ 'ਤੇ। ਬਚਪਨ 'ਚ ਸੌਂਗ ਸੀ ਨਾਚਦੀਪ ਨੂੰ ਗਾਉਣ ਦਾ ਕਿਸ ਤਰ੍ਹਾਂ? ਹਾਂਜੀ, 6 ਕੁ ਸਾਲ ਦੀ ਸੀ, ਥੋੜ੍ਹਾ ਬਹੁਤਾ ਗਾਉਂਦੀ ਸੀ, ਨਾਲ ਨੱਚਦੀ ਹੁੰਦੀ ਸੀ ਗਾਉਂਦੀ, ਪਰ ਮੈਂ ਕਦੀ ਧਿਆਨ ਨਹੀਂ ਦਿੱਤਾ, ਮਤਲਬ ਦਬਕੇ ਦੁਬਕੇ ਮਾਰ ਕੇ ਚੁੱਪ ਕਰਾਉਂਦਾ ਕਿ ਤੂੰ ਕੀ ਸਿਰ ਖਾਧਾ ਆ। ਫਿਰ ਬਾਅਦ 'ਚ ਹੌਲੀ ਹੌਲੀ ਗਾਉਂਦੇ ਗਾਉਂਦੇ, ਇਹ ਬਾਲ ਸਭਾ ਲੱਗਦੀ ਸੀ ਸਕੂਲ, ਉੱਥੇ ਗਾਉਂਦੀ ਹੁੰਦੀ ਸੀਗੀ, ਫੰਕਸ਼ਨਾਂ 'ਤੇ ਵੀ ਗਾਉਂਦੀ ਸੀ। ਇੱਕ ਦਿਨ ਇਹਦੀ ਮੈਡਮ ਨੇ ਸੁਨੇਹਾ ਭੇਜਿਆ ਕਿ ਆਪਣੇ ਮੰਮੀ ਪਾਪਾ ਨੂੰ ਬੁਲਾ ਕੇ ਲਿਆ, ਫਿਰ ਮੈਂ ਅਤੇ ਇਹਦੇ ਪਾਪਾ ਗਏ ਸਕੂਲ, ਮੈਡਮ ਕਹਿੰਦੇ ਕਿ ਇਹਨਾਂ ਮਤਲਬ ਕਿ ਆਵਾਜ਼ ਬਹੁਤ ਵਧੀਆ ਵਾ, ਤੁਸੀਂ ਧਿਆਨ ਨਹੀਂ ਦਿੰਦੇ, ਇਹਦੇ ਵੱਲ ਧਿਆਨ ਦਿਓ, ਇਹਨੂੰ ਕਿਸੇ ਅਕੈਡਮੀ, ਚੰਗੀ ਅਕੈਡਮੀ 'ਚ ਪਾਓ। ਫਿਰ ਸਾਡੇ ਲਾਗੇ ਅਕੈਡਮੀ ਹੈਗੀ ਸੀਗੀ ਮਣੀ ਸੂਫੀ ਜੀ ਦੀ, ਉਹਨਾਂ ਕੋਲ ਪਾਇਆ, 6 ਕੁ ਮਹੀਨੇ ਉਹਨਾਂ ਕੋਲ ਸਿੱਖਦੀ ਰਹੀ, ਅਤੇ ਕਿਸੇ ਕਾਰਨ ਉਹਨਾਂ ਦੀ ਅਕੈਡਮੀ ਬੰਦ ਹੋ ਗਈ, ਫਿਰ ਆਪਾਂ ਕਵਲ ਸੋਤਾ ਜੀ ਕੋ ਪਾਤਾ, ਉਹ ਵੀ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਪਏ ਆ, 2 ਸਾਲ ਹੋ ਗਏ ਆ, ਬਹੁਤ ਪਿਆਰ ਕਰਦੇ ਆ, ਬਹੁਤ ਵਧੀਆ ਢੰਗ ਨਾਲ ਸਿਖਾਉਂਦੇ, ਜਿਹਦਾ ਕਰਕੇ ਮਤਲਬ ਕਿ ਅੱਜ ਮੇਰੀ ਬੇਟੀ ਇੱਥੋਂ ਤੱਕ ਪਹੁੰਚੀ ਹੈ, ਫੇਮਸ ਹੋਈ ਆ। ਕਦੀ ਮੁਸ਼ਕਲ ਨਹੀਂ ਆਈ ਕਦੀ ਕਿਸੇ ਕਿਸਮ ਦੀ ਰਿਆਜ਼ ਦੀ, ਜਾਂ ਕਦੀ ਪੜ੍ਹਾਈ ਦੇ ਨਾਲ ਨਾਲ ਜਿਹੜੀ ਰਿਆਜ਼ ਕਰਦੀ ਆ, ਕਿਸੇ ਦੀ ਪ੍ਰੋਬਲਮ ਨਹੀਂ ਆ ਰਹੀ, ਕਿਸੇ ਦੀ ਮੁਸ਼ਕਲ ਨਹੀਂ ਆ ਰਹੀ ਕਿਸੇ ਦੀ? ਹੋ ਜਾਂਦਾ ਕਿਸੇ ਵੇਲੇ ਵਾਧਾ ਘਾਟਾ, ਪਰ ਨਹੀਂ ਜ਼ਿਆਦਾ ਨਹੀਂ, ਮਤਲਬ ਕਿ ਟਾਈਮ ਮਿਲ ਹੀ ਜਾਂਦਾ, ਵੈਸੇ ਠੀਕ ਹੀ ਚੱਲਦਾ ਪਿਆ। ਅਤੇ ਹੁਣ ਤੁਸੀਂ ਕਿੰਨਾ ਖੁਸ਼ੀ ਮਹਿਸੂਸ ਕਰਦੇ ਹੋ ਤੁਹਾਡਾ ਪਰਿਵਾਰ ਜਿੱਥੇ ਤੁਸੀਂ ਜਾਂਦੇ ਹੋ, ਲੋਕ ਫੇਮਸ ਹੋ ਗਏ ਆ, ਅੱਜ ਪਛਾਣ ਲੱਗ ਪਏ ਵੀ ਨਾਚਦੀਪ ਦਾ ਪਰਿਵਾਰ ਆ, ਨਾਚਦੀਪ ਦੀ ਮਦਰ ਆ, ਫਾਦਰ ਆ, ਅਤੇ ਕਿੰਨਾ ਕੁ ਪ੍ਰਾਊਡ ਫੀਲ ਕਰਦੇ? ਬਹੁਤ ਪ੍ਰਾਊਡ ਫੀਲ ਕਰਦੇ ਹਾਂ, ਬਹੁਤ ਮਾਣ ਹੁੰਦਾ ਕਿ ਸਾਡੀ ਬੇਟੀ ਆ ਇੰਨਾ ਵਧੀਆ ਗਾਉਂਦੀ ਆ, ਮਤਲਬ ਕਿ ਜਦੋਂ ਪ੍ਰੋਗਰਾਮ ਆਉਂਦੇ ਸੀਗੇ ਟੀ ਵੀ 'ਤੇ ਛੋਟੇ ਬੱਚਿਆਂ ਦੇ, ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੇ ਸੀਗੇ, ਅਸੀਂ ਸੋਚਦੇ ਕਿ ਸਾਡੀ ਬੇਟੀ ਵੀ ਕਦੀ ਟੀ ਵੀ 'ਤੇ ਆਊਗੀ, ਅਤੇ ਅੱਜ ਪਰਮਾਤਮਾ ਨੇ ਉਹ ਦਿਨ ਲਿਆਂਦਾ, ਅਤੇ ਬਹੁਤ ਪ੍ਰਾਊਡ ਫੀਲ ਕਰਦੇ ਹਾਂ। ਕਦੀ ਪਰਿਵਾਰ 'ਚੋਂ ਕੋਈ ਜੀ ਹੋਰ ਜਿਹੜਾ ਬੱਚੇ ਜਾਂ ਉਹਨਾਂ ਦੀ ਸਿਸਟਰ ਜਾਂ ਬ੍ਰਦਰ ਕਦੀ ਹੋ ਗਿਆ ਪਰਿਵਾਰ 'ਚ ਕਿਸੇ ਨੂੰ ਸ਼ੌਂਕ ਗਾਉਣ ਦਾ? ਨਹੀਂ, ਮੇਰੇ ਭਰਾ ਨੂੰ ਸ਼ੌਂਕ ਸੀਗਾ, ਪਾਇਆ ਸੀਗਾ ਪਹਿਲਾਂ, ਪਰ ਉਹ ਬਾਅਦ 'ਚ ਫਿਰ ਉਹ ਜਿਵੇਂ ਜਿਵੇਂ ਵੱਡਾ ਹੋ ਗਿਆ ਥੋੜ੍ਹਾ ਉਹਦਾ ਸ਼ੌਂਕ ਵੀ ਘੱਟ ਹੋ ਗਿਆ, ਹੁਣ ਇਹ ਹੀ ਸਿੱਖਦੀ ਪਈ ਆ, ਇਹਨੂੰ ਪੂਰਾ ਸ਼ੌਂਕ ਆ ਗਾਉਣ ਦਾ, ਇਹਨੂੰ ਇਹ ਕਿ ਮੈਂ ਗਾ ਕੇ ਮਤਲਬ ਰਿਆਜ਼ ਕਰਕੇ ਉੱਚੇ ਮਤਲਬ ਕਿ ਹਾਈ ਲੈਵਲ 'ਤੇ ਗਾਵਾਂ, ਵੱਡੀ ਸਿੰਗਰ ਬਣਾ, ਬਹੁਤ ਸ਼ੌਂਕ ਆ ਇਹਨੂੰ, ਅਤੇ ਸਾਨੂੰ ਵੀ ਬਹੁਤ ਸ਼ੌਂਕ ਆ ਕਿ ਇਹ ਵੱਡੀ ਸਿੰਗਰ ਬਣੇ, ਇੱਕ ਦਿਨ ਸਾਡਾ ਨਾਮ ਰੋਸ਼ਨ ਕਰੇ ਹੋਰ ਜ਼ਿਆਦਾ। ਨਾਚ ਜੀ ਦੇ ਪਿਤਾ ਜੀ ਸਾਡੇ ਨਾਲ ਨੇ, ਆਓ ਗੱਲਬਾਤ ਕਰਦੇ ਉਹਨਾਂ ਨਾਲ, ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ? ਹਾਂਜੀ ਸਰ, ਆਪਣਾ ਨਾਮ ਦੱਸ। ਨਾਮ ਜਰਨੈਲ ਸਿੰਘ ਹੈ ਜੀ ਮੇਰਾ।
ਜਰਨੈਲ ਸਿੰਘ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ। ਨਾਜਦੀਪ ਜਿਹੜੀ ਇੰਨੀ ਫੇਮਸ ਲੜਕੀ ਹੋ ਗਈ ਆ, ਇੰਨੀ ਵਧੀਆ ਆਵਾਜ਼ ਆ, ਪਰਮਾਤਮਾ ਦੀ ਉੱਤੇ ਪੂਰ ਕਿਰਪਾ ਵਾ, ਅਤੇ ਕੀ ਕਹਿਣਾ ਚਾਹੁੰਦੀ ਇਹਦੇ ਬਾਰੇ? ਹਾਂਜੀ, ਸਾਨੂੰ ਬਹੁਤ ਇਸ ਬੱਚੀ 'ਤੇ ਮਾਣ ਮਹਿਸੂਸ ਆ, ਅਤੇ ਬਾਕੀ ਇਹਨਾਂ ਦੇ ਜਿਹੜੀ ਆਵਾਜ਼ ਆ, ਆਵਾਜ਼ ਵੀ ਬਹੁਤ ਹਾਈ ਲੈਵਲ 'ਤੇ ਜਾਣ ਡੀ ਆ, ਅਤੇ ਜੋ ਜੇ ਬੱਚੀ ਸਾਨੂੰ ਪਤਾ ਨਹੀਂ ਵੀ ਇੱਥੋਂ ਤੱਕ ਸਾਨੂੰ ਪਹੁੰਚਾਊਗੀ, ਅਤੇ ਇਹ ਥੋੜ੍ਹਾ ਥੋੜ੍ਹਾ ਜਿਹੜਾ ਗੁਣਗੁਣਾਉਂਦੀ ਸੀ, ਅਤੇ ਅਸੀਂ ਕਦੀ ਮਹਿਸੂਸ ਨਹੀਂ ਕੀਤਾ ਵੀ ਇਹ ਬੱਚੀ ਇੱਦਾਂ ਬੋਲਦੀ। ਅਤੇ ਇਹਨਾਂ ਦੇ ਮੈਡਮ ਨੇ ਉੱਥੇ ਬੁਲਾਇਆ ਉਹਨੂੰ ਸਕੂਲੇ ਬੁਲਾਇਆ, ਤੁਹਾਨੂੰ ਆਉਂਦੇ ਵੀ ਇਹਨਾਂ ਨੂੰ ਰਿਆਜ਼ ਦੀ ਜ਼ਰੂਰਤ ਹੈ, ਅਤੇ ਬੱਚੀ ਬਹੁਤ ਵਧੀਆ ਗਾਉਂਦੀ ਹੈ, ਇਹਨਾਂ ਨੂੰ ਗੁਰੂ ਦੀ ਜ਼ਰੂਰਤ ਹੈ। ਅਤੇ ਇਸ ਕਰਕੇ ਅਸੀਂ ਫਿਰ ਪਾਇਆ ਜੀ, ਪਹਿਲਾਂ ਪਾਇਆ ਮਨੀ ਸੂਫੀ ਜੀ ਕੋ, ਉਹਨਾਂ ਦੀ ਕੁਛ ਕਾਰਨ ਅਕੈਡਮੀ ਬੰਦ ਹੋ ਗਈ, 6 ਮਹੀਨੇ ਲਾਏ, ਫਿਰ ਕਵਲ ਸਹੋਤਾ ਜੀ ਸਾਨੂੰ ਮਿਲੇ, ਇਹਨਾਂ ਬਹੁਤ ਸਾਡੀ ਬੱਚੀ ਨਾਲ ਪਿਆਰ ਕੀਤਾ, ਆਪਣੇ ਬੱਚਿਆਂ ਤੋਂ ਵੱਧ ਕੇ ਕੀਤਾ, ਅਤੇ ਇੱਥੋਂ ਤੱਕ ਪਹੁੰਚਾਇਆ, ਸਾਨੂੰ ਬਹੁਤ ਮਾਣ ਮਹਿਸੂਸ ਹੋਇਆ। ਕਦੀ ਮੁਸ਼ਕਲਾਂ ਨਹੀਂ ਆਈਆਂ ਕਦੀ ਬੇਟੀ ਦੇ ਰਿਆਜ਼ ਵਾਸਤੇ, ਜਾਂ ਜਿਵੇਂ ਕਦੇ ਜਾਣਾ ਹੁੰਦਾ ਫੀਸ ਭਰਨ ਵਾਸਤੇ, ਕਦੀ ਪੜ੍ਹਾਈ ਦੇ ਨਾਲ ਇਸ ਚੀਜ਼ ਦੇ ਬਾਰੇ ਮੁਸ਼ਕਲ ਨਹੀਂ ਕਦੀ ਆਈ ਕਦੀ? ਹਾਂਜੀ, ਮੁਸ਼ਕਲਾਂ ਆਈਆਂ ਜੀ, ਆਉਂਦੀਆਂ ਜੀ। 400 ਰੁਪਈਆ ਦਿਹਾੜੀ ਲੈਂਦੇ ਕਿਸੇ ਵੇਲੇ ਜੀ, ਖਲੋਤੇ ਹੋਈ ਦਾ ਚੌਂਕ 'ਚ ਲੱਗ ਨਹੀਂ ਲੱਗਦੀ ਦਿਹਾੜੀ, ਕਿਸੇ ਵੇਲੇ ਲੱਗ ਜਾਂਦੀ ਹੈ ਜੀ, ਅਤੇ ਬੜਾ ਮੁਸ਼ਕਲ ਹੋ ਜਾਂਦਾ, ਕਿਸੇ ਵੇਲੇ ਬੱਚੀ ਦੀ ਫੀਸ ਵੀ ਦੇਣ ਲੱਗਾ ਜੀ। ਕੀ ਕੰਮ ਕੀ ਕਰਦੇ ਹੋ ਤੁਸੀਂ? ਮੈਂ ਕੰਮ ਵੈਲਡਿੰਗ ਦਾ ਕਰਦਾ ਜੀ, ਮਿਲ ਜਾਂਦਾ ਅਤੇ ਕਰ ਲਈਦਾ, ਲੱਗ ਜਾਂਦੀ ਦਿਹਾੜੀ ਅਤੇ ਆ ਜਾਈਦਾ। ਬਾਕੀ ਇਹ ਸੀ ਸਾਡੇ ਨਾਲ ਨਾਜਦੀਪ ਦੇ ਪਿਤਾ ਜੀ, ਅਤੇ ਉਹਨਾਂ ਦੱਸਿਆ ਵੀ ਕਿਸ ਤਰ੍ਹਾਂ ਸਾਡੀ ਬੱਚੀ ਨੂੰ ਬਚਪਨ 'ਚ ਸ਼ੌਂਕ ਸੀ ਅਤੇ ਗਾਉਣ ਦਾ ਸ਼ੌਂਕ ਹੋਣ ਕਰਕੇ ਆ ਜਿਹੜੀ ਵੀਡੀਓ ਇੰਨੀ ਵਾਇਰਲ ਹੋ ਚੁੱਕੀ ਹੈ, ਅਤੇ ਉਹਨਾਂ ਪਰਿਵਾਰ ਦਾ ਨਾਂ ਰੋਸ਼ਨ ਕਰ ਦਿੱਤਾ ਵਾ। ਅਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਇੱਕ ਇਹੋ ਜਿਹੀ ਇੱਕ ਅਪੀਲ ਹੈਗੀ ਆ, ਜਾਂ ਉਮੀਦ ਹੈ ਕਿ ਜਿਹੜੀ ਬੇਟੀ ਦੀ ਆਵਾਜ਼ ਵਧੀਆ ਨਾਜਦੀਪ ਦੀ, ਕਿਸੇ ਨਾ ਕਿਸੇ ਕਰਕੇ ਇਸ ਪਰਮਾਤਮਾ ਕਰਕੇ ਅਸੀਂ ਵੀ ਸ਼ੁਭ ਇਛਾਵਾਂ ਦਿੰਦੇ ਹਾਂ ਇਸ ਬੱਚੀ ਨੂੰ ਵੀ ਜਿਹੜੀ ਇਹਦੀ ਜਿਹੜੀ ਆ ਕਿਤੇ ਕਿਤੇ ਮੁਕਾਮ 'ਤੇ ਪਹੁੰਚੇ, ਅਤੇ ਆਪਣੇ ਜਿਹੜੇ ਪਰਿਵਾਰ ਦਾ ਨਾਂ ਰੋਸ਼ਨ ਕਰ ਸਕੇ। ਪੰਜਾਬੀ ਲੋਕ ਚੈਨਲ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।